ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ। ਮੈਂ ਹਰਵਿੰਦਰ ਸਿੰਘ ਬੱਦਨ। ਵਹਿੰਦੀ ਗੰਗਾ ਦੇ ਵਿੱਚ ਹੱਥ ਧੋਣਾ ਇਹ ਕਹਾਣੀ ਕਹਾਵਤ ਤਾਂ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਹੁਣ ਵੀ ਚੱਲ ਰਹੀ ਹੈ। ਅਰਥ ਇਹੀ ਹੈ, ਮਤਲਬ ਇਹੀ ਹੈ ਕਿ ਜੇਕਰ ਕੋਈ ਚੀਜ਼ ਵਾਪਰ ਰਹੀ ਹੈ ਤਾਂ ਉਸ ਦੇ ਵਿੱਚ ਆਪਣਾ ਹਿੱਸਾ ਵੀ ਪਾ ਦੇਣਾ, ਚਾਹੇ ਉਹ ਚੰਗੀ ਹੈ ਅਤੇ ਚਾਹੇ ਉਹ ਬੁਰੀ ਹੈ। ਲਗਾਤਾਰ ਭਾਰਤ ਦੇ ਵਿੱਚੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਰੇਲਵੇ ਟਰੈਕ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਵੱਡੇ ਰੇਲ ਹਾਦਸੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇੱਥੋਂ ਤੱਕ ਕਿ ਰਾਸ਼ਟਰ ਪੱਧਰ ਦੇ ਉੱਤੇ ਇਹ ਸਵਾਲ ਉੱਠਣ ਲੱਗ ਗਏ ਸੀਗੇ ਕਿ ਇਹ ਕੋਈ ਜਾਣਬੁੱਝ ਕੇ ਕੀਤੀ ਜਾ ਰਹੀ ਸਾਜ਼ਿਸ਼ ਹੈ ਜਾਂ ਕੋਈ ਅੱਤਵਾਦੀ ਤਰੀਕੇ ਦੇ ਨਾਲ ਇਹ ਸੋਚ ਨੂੰ ਅਪਣਾ ਕੇ ਰੇਲਵੇ ਟਰੈਕ ਦੇ ਉੱਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਰੇਲਵੇ ਦੇ ਵੱਡੇ ਹਾਦਸੇ ਹੋ ਸਕਣ। ਕਈ ਰੇਲ ਗੱਡੀਆਂ ਟਰੈਕ ਤੋਂ ਉਤਰੀਆਂ ਵੀ ਨੇ, ਉਹਨਾਂ ਦੀਆਂ ਤਸਵੀਰਾਂ ਵੀਡੀਓ ਤੁਹਾਡੇ ਤੱਕ ਸਮੇਂ ਸਮੇਂ 'ਤੇ ਪਹੁੰਚਾਉਂਦੇ ਰਹੇ ਹਾਂ। ਪਰ ਇੱਕ ਮਾਮਲਾ ਸੂਰਤ ਗੁਜਰਾਤ ਤੋਂ ਸਾਹਮਣੇ ਆਇਆ ਸੀ, ਜਿੱਥੇ 20 ਸਤੰਬਰ ਦੇ ਨੂੰ ਇੱਕ ਰੇਲਵੇ ਟਰੈਕ ਦੇ ਉੱਤੇ ਇਹ ਸੂਚਨਾ ਮਿਲੀ ਸੀ ਕਿ ਟਰੈਕ ਦੇ ਉੱਤੇ ਫਿਸ਼ ਪਲੇਟਾਂ ਨੂੰ ਖੋਲ੍ਹ ਕੇ ਟਰੈਕ ਦੇ ਉੱਪਰ ਹੀ ਰੱਖ ਦਿੱਤਾ ਗਿਆ। ਜੋ ਟਰੈਕ ਨੂੰ ਜੋੜ ਕੇ ਰੱਖਦੀਆਂ ਪਲੇਟਾਂ ਨੇ ਉਹਨਾਂ ਨੂੰ ਖੋਲ੍ਹ ਕੇ ਟਰੈਕ ਦੇ ਉੱਤੇ ਹੀ ਰੱਖ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 3 ਰੇਲਵੇ ਕਰਮਚਾਰੀਆਂ ਨੂੰ ਇਸ ਦੀ ਘਟਨਾ ਦਾ ਪਤਾ ਲੱਗਦਾ ਅਤੇ ਉਹਨਾਂ ਵੱਲੋਂ ਸਮਾਂ ਰਹਿੰਦਿਆਂ ਉਹ ਫਿਸ਼ ਪਲੇਟਾਂ ਸਾਈਡ 'ਤੇ ਕਰਕੇ ਜੋੜ ਕੇ ਰੇਲ ਹਾਦਸੇ ਨੂੰ ਬਚਾ ਲਿਆ। ਹੁਣ ਇਹ ਸਾਰੇ ਮਾਮਲੇ ਵਿੱਚ ਜਾਂਚ ਤਾਂ ਚੱਲ ਹੀ ਰਹੀ ਸੀ, ਪਰ ਜੋ ਖੁਲਾਸਾ ਹੋਇਆ ਉਹ ਹੈਰਾਨੀਜਨਕ ਹੈ। ਖੁਲਾਸੇ ਮੁਤਾਬਕ ਜੋ ਸਾਰੀ ਘਟਨਾ ਵਾਪਰੀ ਹੈ, ਇਸ ਦੇ ਵਿੱਚ ਰੇਲਵੇ ਦੇ ਹੀ ਕਰਮਚਾਰੀ ਮੌਜੂਦ ਸੀ, ਜਿਨ੍ਹਾਂ ਵੱਲੋਂ ਇਹ ਸਾਰੀ ਸਾਜ਼ਿਸ਼ ਘੜੀ ਗਈ। ਰੇਲਵੇ ਕਰਮਚਾਰੀਆਂ ਦੀ ਹੀ ਇਹ ਸਾਜ਼ਿਸ਼ ਸੀ ਜਿਸ ਦੇ ਤਹਿਤ ਰੇਲਵੇ ਟਰੈਕ ਦੇ ਉੱਤੇ ਫਿਸ਼ ਪਲੇਟਾਂ ਰੱਖ ਦਿੱਤੀਆਂ ਗਈਆਂ ਸੀ। ਹੁਣ ਸਵਾਲ ਇਹ ਹੈ ਕਿ ਆਖਰ ਇਹ ਕੀਤਾ ਕਿਉਂ ਗਿਆ, ਇਸ ਦੀ ਜਾਣਕਾਰੀ ਵੀ ਸਾਹਮਣੇ ਆ ਚੁੱਕੀ ਹੈ। ਸੂਰਤ ਪੁਲਿਸ ਨੇ NIA ਹੋਰ ਜਾਂਚ ਏਜੰਸੀਆਂ ਦੇ ਨਾਲ ਮਿਲ ਕੇ, ਇੱਥੋਂ ਤੱਕ ਕਿ ਡਰੋਨ ਦੀ ਵੀ ਸਹਾਇਤਾ ਲਈ ਗਈ। ਲੰਬੇ ਸਮੇਂ ਤੱਕ ਟਰੈਕਿੰਗ ਚੱਲਦੀ ਰਹੀ ਅਤੇ 20 ਸਤੰਬਰ ਨੂੰ ਜੋ ਇਹ ਘਟਨਾ ਵਾਪਰੀ ਆ ਉਸ ਤੋਂ ਬਾਅਦ ਹੁਣ ਇਸ ਦਾ ਖੁਲਾਸਾ ਹੋ ਗਿਆ। ਇੱਕ ਰਿਪੋਰਟ ਮੁਤਾਬਕ ਸੂਰਤ ਰੂਰਲ ਦੇ SP ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚ 2 ਲੋਕ ਸੁਭਾਸ਼ ਪੋਦਾਰ ਅਤੇ ਮਨੀਸ਼ ਮਿਸਤਰੀ, ਇਹ ਟਰੈਕਮੈਨ ਦਾ ਕੰਮ ਕਰਦੇ ਨੇ। ਤੀਸਰਾ ਮੁਲਜ਼ਮ ਸ਼ੁਭਮ ਜੈਸਵਾਲ ਹੈ, ਇਹ ਇੱਕ ਠੇਕੇਦਾਰ ਹੈ। ਸੁਭਾਸ਼ ਪੋਦਾਰ 9 ਸਾਲਾਂ ਤੋਂ ਰੇਲਵੇ 'ਚ ਕੰਮ ਕਰ ਰਿਹਾ ਸੀ ਅਤੇ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਮਨੀਸ਼ ਮਿਸਤਰੀ ਪਟਨਾ ਦੇ ਅੰਕੁਰੀ ਪਿੰਡ ਦਾ ਰਹਿਣ ਵਾਲਾ ਹੈ, ਜਦਕਿ ਸ਼ੁਭਮ ਜੈਸਵਾਲ ਉੱਤਰ ਪ੍ਰਦੇਸ਼ ਦੇ ਚੰਦੋਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ 21 ਸਤੰਬਰ ਨੂੰ BNS ਭਾਰਤੀ ਨਿਆਂ ਸੰਹਿਤਾ ਤਹਿਤ ਮੁਕੱਦਮਾ ਦਰਜ ਕੀਤਾ, ਜਾਂਚ ਕੀਤੀ ਅਤੇ ਇਸੇ ਮਾਮਲੇ ਵਿੱਚ 3 ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਲਾਪਰਵਾਹੀ ਨਾਲ ਕੀਤੇ ਗਏ ਇਸ ਕੰਮ ਦੇ ਵਿੱਚ ਲੋਕਾਂ ਦਾ ਜਾਨ ਨੂੰ ਖਤਰਾ ਪਾਇਆ ਗਿਆ, ਜਿਸ ਦੇ ਤਹਿਤ ਪਟੜੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਰੇਲ ਗੱਡੀ ਅਤੇ ਰੇਲਵੇ ਵਿਭਾਗ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਤਹਿਤ ਚੱਲਦਿਆਂ ਇਹ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ 20 ਸਤੰਬਰ ਨੂੰ ਇਹਨਾਂ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਰੀਬ ਸਵੇਰ ਦੇ 5:15 ਉਹਨਾਂ ਨੂੰ ਕਿਮ ਅਤੇ ਕੁਸਾਬਾ ਪਿੰਡ ਦੇ ਵਿੱਚ 3 ਲੋਕ ਪਟੜੀਆਂ ਨਾਲ ਛੇੜਛਾੜ ਕਰਕੇ ਭੱਜਦੇ ਹੋਏ ਨਜ਼ਰ ਆਏ ਨੇ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਪਟੜੀਆਂ ਦੀ ਜਾਂਚ ਕੀਤੀ ਗਈ ਉਸ ਦੇ ਇਲਾਸਟਿਕ ਰੇਲ ਕਲਿੱਪ ਦੀ ਜਗ੍ਹਾ 2 ਫਿਸ਼ ਪਲੇਟਾਂ ਹੋਰ ਹਟਾ ਦਿੱਤੀਆਂ ਗਈਆਂ ਸੀ, ਜਿਨ੍ਹਾਂ ਨੂੰ 25 ਮਿੰਟ ਦੇ ਵਿੱਚ ਵਾਪਸ ਲਗਾ ਦਿੱਤਾ ਗਿਆ ਸੀ। ਤਾਂ ਪੁਲਿਸ ਨੇ ਜਾਂਚ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਇੰਨੀ ਜਲਦੀ ਇਹ ਸਭ ਕੁਝ ਠੀਕ ਕਰ ਦੇਣਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਸੀ। ਤਾਂ ਜਦੋਂ ਪੁਲਿਸ ਨੇ ਜਾਂਚ ਕੀਤੀ, ਤਿੰਨਾਂ ਦੇ ਨਾਮ ਸਾਹਮਣੇ ਆਏ, ਉਹਨਾਂ ਦੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ, ਸਵਾਲ ਜਵਾਬ ਕੀਤੇ ਗਏ, ਤਾਂ ਉਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਇਹ ਮੰਨ ਲਿਆ ਕਿ ਇਹ ਸਾਰਾ ਨੁਕਸਾਨ ਉਹਨਾਂ ਨੇ ਹੀ ਕੀਤਾ। ਹੁਣ ਨੁਕਸਾਨ ਕਰਨ ਦੀ ਵਜ੍ਹਾ ਕੀ ਸੀ,
ਉਹ ਚਾਹੁੰਦੇ ਸੀ ਕਿ ਲੰਮੇ ਸਮੇਂ ਤੋਂ ਰੇਲਵੇ ਵਿੱਚ ਕੰਮ ਕਰ ਰਹੇ ਨੇ, ਪ੍ਰਸ਼ੰਸਾ ਪੱਤਰ ਯਾਨੀ ਕਿ ਤਾਰੀਫ ਸੁਣਨਾ ਚਾਹੁੰਦੇ ਸੀ ਅਤੇ ਨਾਲ ਹੀ ਆਪਣੀ ਨੌਕਰੀ ਨੂੰ ਹੋਰ ਪੱਕਾ ਕਰਨਾ ਚਾਹੁੰਦੇ ਸੀ। ਜੋ ਕੰਟਰੈਕਟ ਵਰਕਰ ਹੈ ਉਹ ਪੱਕਾ ਹੋਣਾ ਚਾਹੁੰਦਾ ਸੀ ਅਤੇ ਜੋ ਲੋਕ ਲਗਾਤਾਰ ਕੰਮ ਕਰ ਰਹੇ ਸੀ ਉਹ ਆਪਣੀਆਂ ਤਨਖਾਹਾਂ ਆਪਣੇ ਭੱਤੇ ਵਧਾਉਂਦੇ ਰਹਿਣਾ ਚਾਹੁੰਦੇ ਸੀ ਅਤੇ ਨਾਈਟ ਡਿਊਟੀ ਨੂੰ ਉਹ ਹੋਰ ਲੰਮਾ ਖਿੱਚਣਾ ਚਾਹੁੰਦੇ ਸੀ ਤਾਂ ਜਾ ਕੇ ਉਹਨਾਂ ਨੂੰ ਕੋਈ ਵੀ ਆਪਣੀ ਨੌਕਰੀ ਤੋਂ ਹਟਾ ਨਾ ਸਕੇ। ਉਹਨਾਂ ਨੇ ਚੰਗਾ ਕੰਮ ਕੀਤਾ, ਇਸ ਦੀ ਸ਼ਲਾਘਾ ਕਰਕੇ ਲਗਾਤਾਰ ਉਹਨਾਂ ਨੂੰ ਨੌਕਰੀ 'ਤੇ ਬਣਾਇਆ ਰੱਖਿਆ ਜਾਵੇ। ਇਹ ਸਭ ਕੁਝ ਸੋਚ ਕੇ ਤਿੰਨ ਨੌਜਵਾਨਾਂ ਨੇ, ਜਿਨ੍ਹਾਂ ਦੇ ਵਿੱਚੋਂ ਦੋ ਦਾ ਨਾਮ ਤੁਹਾਨੂੰ ਤਿੰਨਾਂ ਦਾ ਨਾਮ ਤੁਹਾਨੂੰ ਪਹਿਲਾਂ ਦੱਸਿਆ, ਸੁਭਾਸ਼ ਪੋਦਾਰ ਅਤੇ ਮਨੀਸ਼ ਮਿਸਤਰੀ ਜੋ ਟਰੈਕਮੈਨ ਦਾ ਕੰਮ ਕਰਦੇ ਨੇ, ਇੱਕ ਬਿਹਾਰ ਅਤੇ ਦੂਜਾ ਪਟਨਾ ਦਾ ਹੈ। ਤੀਜਾ ਮੁਲਜ਼ਮ ਸ਼ੁਭਮ ਜੈਸਵਾਲ ਹੈ ਜੋ ਉੱਤਰ ਪ੍ਰਦੇਸ਼ ਦੇ ਚੰਦੋਲੀ ਦਾ ਰਹਿਣ ਵਾਲਾ ਹੈ। ਤਾਂ ਇਹ ਤਿੰਨਾਂ ਨੇ ਮਿਲ ਕੇ ਸਾਜ਼ਿਸ਼ ਰਚੀ ਸੀ ਅਤੇ ਹੁਣ ਪੁਲਿਸ ਨੇ ਇਸਦਾ ਪਰਦਾਫਾਸ਼ ਕਰ ਦਿੱਤਾ ਹੈ। ਹੁਣ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਜੋ ਰੇਲ ਹਾਦਸੇ ਵਾਪਰ ਰਹੇ ਨੇ, ਜੋ ਪਟੜੀਆਂ ਨੂੰ ਨੁਕਸਾਨ ਪਹੁੰਚ ਰਿਹਾ, ਉਸ ਨੂੰ ਲੈ ਕੇ ਜਾਂਚ ਏਜੰਸੀਆਂ ਕਿਸ ਤਰੀਕੇ ਨਾਲ ਜਾਂਚ ਕਰਦੀਆਂ ਨੇ। ਬਿਊਰੋ ਰਿਪੋਰਟ, ਔਨ ਏਅਰ।